ਇਹ ਹੁੰਦੀ ਹੈ ਤੁਹਾਡੇ ਜਿਹੜੇ ਸੋਲਿਡ ਮਟੀਰੀਅਲ ਨੂੰ ਕਿਸੇ ਵੀ ਚੀਜ਼ ਨੂੰ ਜਿਹੜੀ ਐਸ਼ ਛੱਡਦੀ ਹੈ ਉਹ ਏ ਕਲਾਸ ਫਾਇਰ ਹੋ ਗਈ ਡੀ ਕਲਾਸ ਹੋ ਗਈ ਤੁਹਾਡੀ ਲਿਕੁਇਡ ਕੈਰੋਸਿਨ ਡੀਜ਼ਲ ਇਹ ਉਹ ਪੈਟਰੋਲ ਸਾਰਾ ਕੁਝ ਸੀ ਕਲਾਸ ਹੋ ਗਈ ਤੁਹਾਡੀ ਗੈਸਿਸ ਦੀ ਫਾਇਰ ਐਲ ਪੀ ਜੀ ਹੋ ਗਿਆ ਕੋਈ ਹੋਰ ਗੈਸ ਹੋ ਗਈ ਇਹ ਤਿੰਨ ਫਾਇਰਸ ਹੈਗੀਆਂ ਇਲੈਕਟ੍ਰੀਕਲ ਇੱਕ ਫਾਇਰ ਹੈਗੀ ਹੈ ਉਹ ਇਲੈਕਟ੍ਰੀਕਲ ਬੇਸਿਕਲੀ ਇੱਕ ਸੋਰਸ ਆਫ ਫਾਇਰ ਹੈ ਵੀ ਜਿੱਦਾਂ ਇੱਕ ਬੱਲਬ ਲੱਗਿਆ ਉਹਦੇ ਸਪਾਰਕ ਹੋਇਆ ਨੀਚੇ ਜਿਹੜਾ ਮਟੀਰੀਅਲ ਪਿਆ ਉਹਨੇ ਉਹਦੇ ਵਿੱਚ ਡਿਵਾਈਡ ਹੋਇਆ ਉਹ ਕਲਾਸਿਕ ਬੇਸਿਕਲੀ ਤਿੰਨ ਹੀ ਹੈ ਏ ਬੀ ਸੀ ਤੁਹਾਡੇ ਜਿੰਨੇ ਵੀ ਸਿਲੰਡਰ ਲੱਗੇ ਉਹ ਸਾਰੇ ਮਲਟੀਪਰਪਸ ਹੈ ਮਤਲਬ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਦੀ ਫਾਇਰ ਤੇ ਯੂਜ਼ ਕਰ ਸਕਦੇ ਹੋ ਕਿਸੇ ਵੀ ਈਵਨ ਹਿਊਮਨ ਨੂੰ ਫਾਇਰ ਹੋ ਜੇ ਤੁਸੀਂ ਉਹਦੇ ਤੇ ਵੀ ਯੂਜ਼ ਕਰ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਹਦੇ ਵਿੱਚ ਸਿਲੰਡਰ ਦੇ ਵਿੱਚ ਸਭ ਤੋਂ ਪਹਿਲਾਂ ਦੇਖਣਾ ਤੁਸੀਂ ਇਹ ਪ੍ਰੈਸ਼ਰ ਗੇਜ ਇਹ ਗ੍ਰੀਨ ਜ਼ੋਨ ਦੇ ਵਿੱਚ ਹੈ ਦੇਖ ਰਹੇ ਸਾਰੇ ਇਹ ਗ੍ਰੀਨ ਜ਼ੋਨ ਦੇ ਵਿੱਚ ਹੈਗਾ ਤੇ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗਾ ਮਤਲਬ ਸਿਲੰਡਰ ਚੱਲੇਗਾ ਅੱਗ ਬੁਝਾਏਗਾ ਜਾਂ ਨਹੀਂ ਬੁਝਾਏਗਾ ਉਹ ਨਹੀਂ ਪਤਾ ਪਰ ਇਹ ਸਿਲੰਡਰ ਚੱਲੇਗਾ ਵਰਕ ਕਰੇਗਾ ਕਿਉਂਕਿ ਇਹਦਾ ਪ੍ਰੈਸ਼ਰ ਹੈ ਬੇਸਿਕਲੀ ਇਹਨੇ ਥਰੋ ਕਰਨਾ ਪਾਊਡਰ ਨੂੰ ਇੱਥੋਂ ਕੱਢਣਾ ਬਾਹਰ ਕੱਢਣਾ ਇਹ ਬੇਸਿਕਲੀ ਪ੍ਰੈਸ਼ਰ ਹੈ ਸੀਲ ਲੱਗੀ ਹੋਈ ਹੈ ਜਸਟ ਆਹ ਦੇਖੋ ਹਲਕੀ ਜਿਹੀ ਸੀਲ ਹੁੰਦੀ ਹੈ ਨਿਕਲ ਗਈ ਆਹ ਨਿਕਲ ਗਈ ਪਾਈਪ ਉਦੋਂ ਬਾਅਦ ਜਸਟ ਇੱਦਾਂ ਫੜਨਾ ਇਹਨੂੰ ਫਿਰ ਪ੍ਰੈਸ ਕਰਨਾ ਪੂਰੇ ਜ਼ੋਰ ਨਾਲ ਇਹ ਵਨ ਟਾਈਮ ਯੂਸੇਬਲ ਹੈ ਮਤਲਬ ਤੁਸੀਂ ਇਹਨੂੰ ਚਲਾਇਆ ਤੇ ਇੱਕ ਵਾਰੀ 'ਚ ਹੀ ਖਾਲੀ ਕਰ ਐਪੀ ਕਰ ਤੂੰ ਬੰਦਾ ਚਲਾਉਣਾ ਚਾਹੁੰਦਾ ਸਿਲੰਡਰ ਕਿਸੇ ਨੇ ਚਲਾ ਕੇ ਦੇਖਣਾ A mediocre teacher explains, a good teacher demonstrates, and a great teacher inspires. A journey which began over 100 years ago, this is the story of Guru Har Gobind Sahib Khalsa College, also known as the Wonder in Rural Hinterland.